ਸਸਕਾ ਵੀ ਸੀ ਸਰ, ਮੇਰੇ ਨੂੰ ਸੰਦੀਪ ਡੇ ਫਨ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਭਿੰਦੇ ਕੋਲ ਆ ਚੁੱਕੇ ਹਾਂ ਜੀ, ਦੇਖੋ ਅੱਜ ਵੀ ਇਹਨਾਂ ਕੋਲ 7-8 ਦੇ ਲਗਭਗ ਪਾਜੂ ਸੇਲ ਆ, ਬਾਕੀ ਬਾਈ ਜੀ ਨੇ ਗੱਲ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੋ? ਬਹੁਤ ਸਲਾਮ, ਬਹੁਤ ਵਧੀਆ। ਪਹਿਲਾਂ ਸਾਰੇ ਵੀਰਾਂ ਨੂੰ, ਸੰਦੀਪ ਡੇਅਰੀ ਫਾਰਮ ਵੇਖਣ ਵਾਲਿਆਂ ਨੂੰ, ਸਾਡੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਵੀਰ ਇੰਨਾ ਪਿਆਰ ਕਰਦੇ ਹਨ, ਉਹ ਸਲਾਮ ਠੀਕ ਠਾਕ ਚੜ੍ਹਦੀ ਕਲਾ? ਕਿੱਧਰ ਗਿਆ ਜੱਬਰ? ਆਇਆ ਨਹੀਂ ਓਏ, ਉਹਨੂੰ ਟਾਈਮ 1-1.5 ਵਜੇ ਦਾ ਦਿੱਤਾ ਸੀ, ਤੁਸੀਂ ਪਹਿਲਾਂ ਆ ਗਏ। ਅਤੇ ਗਰਮੀ ਬੜੀ, ਚੱਲ ਕੇ ਬੈਠਾ ਹੋਣਾ ਵੀ ਨਹੀਂ ਹੁੰਦਾ, ਮੌਸਮ ਬਹੁਤ ਸੈੱਟ ਹੋ ਗਿਆ। ਉਹਦਾ ਘੜ ਕੀ ਗਰਮੀ? ਨਹੀਂ ਭਾਜੀ, ਕੱਲ ਬੜੀ ਗਰਮੀ, ਕੱਲ ਦਾ ਬੜਾ ਦਿਨ ਮਾੜੇ ਲੱਗੇ ਜੋ, ਆ ਘੜੀ ਕਿੱਥੇ ਗਰਮੀ ਆ ਗਈ। ਬੰਦੇ ਨੇ ਸਾਹ ਹੋਣ ਦੇ, ਬੰਦੂ ਆ ਸਵੇਰੇ ਨਹੀਂ ਲੈ ਗਿਆ, ਹਾਂ ਛੋਟੀ ਲੈ ਗਿਆ ਸਵੇਰੇ ਨਾਲ ਹੀ, ਸੋਤੇ ਗਿਆ ਹੋ ਗਿਆ ਜੀ। ਗਿਆ ਮਾਲ ਪਿਛਰ? ਹਾਂਜੀ ਭਾਜੀ, ਮਾਲ ਉਦਣ ਹੀ ਗਿਆ, ਉਹ ਉਦਣ ਉਹ ਵੇਖ ਗਿਆ ਸ਼ਾਮਾਂ ਤੱਕ ਮਾਲ ਸਾਰਾ ਹੀ। ਹਾਂਜੀ, ਹੋਰ ਮਈਆਂ ਲਿਆਂਦੀਆਂ ਸੀਗੀਆਂ, ਉਹ ਵੀ ਵੇਖ ਗਈਆਂ। ਮਾਲ ਇੱਦਾਂ ਹੀ ਭਾਜੀ ਵਿਕਦਾ ਜਾਂਦਾ ਵਾ। ਹਾਂਜੀ ਹਾਂ, ਬਿਲਕੁਲ ਬਿਲਕੁਲ, ਜਿਹੜਾ ਚੰਗਾ ਵਾ ਤੁਹਾਨੂੰ ਪਤਾ, ਭਾਅ ਫੇਰ ਹੀ ਵਿਕਣਾ। ਭਾਅ ਵਿਕਣਾ ਜੀ, ਅਤੇ ਨਾਲੇ ਮਈਆਂ ਬੜੀਆਂ ਵੱਡੀਆਂ। ਬਿਲਕੁਲ ਭਾਅ ਜੀ, ਬਿਲਕੁਲ ਜੈ ਜੀ ਸੀਗੀਆਂ ਮਈਆਂ, ਅੱਜ ਵੀ ਮਈਆਂ 3 ਕੁ ਹੈਗੀਆਂ ਨੇ। ਚਲੋ ਮਈਆਂ ਤਾਂ ਲਈਆਂ ਵਾ 2 ਹੋਰ। ਹਾਂਜੀ, ਅਤੇ ਸ਼ਾਮਾਂ ਨੂੰ ਲਿਆਉਣੀਆਂ ਉਹ। ਅੱਜ ਫਿਰ ਕਿੰਨੇ ਆ? ਅੱਜ 6 ਹੀ ਆ ਹੁਣ। ਚਲੋ ਹਾਂ, ਤਾਂ 2 ਹੋਰ ਲਈਆਂ ਨੇ। ਇਹ ਸੂਆ ਭਾਅ ਜੀ, ਇਹ ਸੂਆ 4 ਦਿਨ ਗੱਡੀ ਪਹਿਲਾਂ ਜੋ। ਅੱਛਾ, ਪਹਿਲਾ ਸੂਆ? ਹਾਂਜੀ, ਕਿੰਨਾ ਵਜੇ ਫਿਰ ਦੇਖੋ ਟਾਈਮ ਉਹ ਫਾਲ ਦੋ, ਬਾਹਲਾ ਜ਼ਿਆਦਾ ਨੀ ਆ ਰਿਹਾ, 1:00 ਵਜੇ ਆ ਬੰਦੇ। ਕੱਟੀ ਥੱਲੇ 10 ਤੋਂ ਬਾਹਰ ਦੁੱਧ ਵਾ। ਅੱਛਾ, 10 ਕਿਲੋ ਇੱਟ ਵਰਗਾ ਦੁੱਧ, ਕੋਈ 2 ਟਾਈਮ ਚੋ ਕੇ ਤਸੱਲੀ ਕਰਕੇ ਲੈ ਜੇ, ਭੂਤ ਛਟਾ ਕੋਈ ਨੀ, ਪੋਲੀ ਧਾਰੂ ਵਰਗੀ। ਠੀਕ ਹੈ, ਹਾਂਜੀ, ਕੱਟੀ ਬਾੜੀ ਚੰਗੀ ਹੈ। ਖੋਲੋ ਲੈ ਜੀ, ਸਭ ਦਿਖਾ ਥਾਣੇ ਖੂਨ ਗਰਾਂ ਦੇ। ਹਾਂ, ਲੈ ਬਿੰਦੀਆਂ ਲੱਗੀ ਜੇ ਦੇ, ਨਾਲੇ ਬੜੀ ਤੋਰੀ ਤੋਰੋ ਜੀ, ਲਓ ਪੂਰੀ ਵੱਡੀ ਝੋਲੀ। ਹਾਂ, 13 ਕਿਲੋ ਝੋਲੀ ਪਹਿਲਾਂ ਦੁੱਧ ਚ ਵਾਜੂ ਭਾਜੀ। ਹਾਂਜੀ ਹਾਂਜੀ, ਕਿੱਧਰ ਦੀ ਮਰਜ਼ੀ ਸਮਝ ਲੈ ਗਏ। ਹਾਂਜੀ, ਜਿੱਦਾਂ ਦੀ ਮਰਜ਼ੀ ਸਮਝ ਲੈ, ਇਹਨੂੰ ਨੀਲੀ ਜਾਂਦੀ ਗੱਡੀ। ਬਿਲਕੁਲ ਠੀਕ ਹੈ ਨਾ, ਚਲੋ ਅੱਧੀ ਕੰਦੀ ਆ ਤੇ ਅੱਧੀ ਗਰਾਵੀ ਚਾਉਂਦੀ ਆ ਤੇ ਅੱਧੀ ਨੀਲੀ ਚਾਉਂਦੀ ਆ। ਕੱਟੀ ਕੋ ਹੁਣ 10 ਕਿਲੋ ਜਿਹੜਾ ਦੁੱਧ ਤਿਆਰ, ਠੰਡਾ ਕਰਕੇ 2 ਟਾਈਮ ਮਿਲ ਕੇ ਲੈ ਜੇ, ਕੋਈ 5 ਦਿਨਾਂ ਚ ਦੁੱਧ ਹੋਇਆ, ਦੁੱਧ 12-13 ਕਿਲੋ ਪਹਿਲਾਂ ਕੱਟੀ ਦੇਗੀ। ਕਿੰਨੇ ਦੀ ਦੇਵੀ ਆ ਸੁਨੀਪ ਜੀ? 50 ਨੂੰ ਜਾਇਜ਼ ਹੀ ਕੰਮ, ਜਾਇਜ਼ ਹੀ ਹੁੰਦੇ ਆ ਕਿਨੇ ਮੋਰੇ ਨਾ। ਕੱਟੀ ਦੇ 1-10 ਦੀ ਹੈਗੀ ਆ ਨਾ, ਪਰ ਕੱਟੀ 1,00,000 ਦੀ ਦੇਣਾ ਆਪੇ ਛੱਡ, ਪੂਰੇ 1,00,000 ਦੀ ਤੂੰ ਦੱਸ ਦੇ ਵੀ। ਹੁਣ ਕੱਟੀ ਕੋ 5 ਦਿਨ ਦੀ ਤੇ ਸੂਈ ਥੱਲੇ 11 ਕਿਲੋ ਦੁੱਧ ਵਾ ਹੁਣ, ਇਸ ਤਰ੍ਹਾਂ ਮੈਂ ਕਿਹਾ ਠੰਡਾ ਕਰਕੇ, ਠੀਕ ਹੈ, 2 ਟਾਈਮ ਕੋਈ ਚੋ ਕੇ ਤਸੱਲੀ ਕਰਕੇ ਲਵੇ, ਹੋਰ ਛੋਟ ਕਰ ਦਾਂਗੇ 2,000 ਪੂਰੇ 95 95 ਦੀ ਦੇ ਦਾਂਗੇ, ਬਸ ਕਰ ਦੋ ਬਾਅਦ 94 ਨੂੰ ਮਾਨਦਾਨ ਕਰ ਦਾਂਗੇ, ਹੋਰ ਛੱਡ ਦੋ ਫਿਰ ਕਰ ਦਾਂਗੇ ਯਾਰ ਛੋੜ। ਚਲੋ ਜਾਨ ਬੜੀ ਆ ਜਾ, ਪਹਿਲਾ ਸੂਈ ਜੋ ਵੇਖੋ, ਕਾਲੀ ਬਰੂਦ
ਪਹਿਲਾ ਸੂਗਾ ਆ ਗਈ ਕਟੀ ਗਾਲ ਦੇ ਸਾਨੂੰ ਵੀ ਵਿਖਾਲ ਦੇ ਵੀਰ ਇਧਰੋਂ ਆਣ ਕੇ ਵਿਖਾਲ ਹਾਂ ਮਈਆਂ ਤਾਂ ਸਮਾਈਆਂ ਨੇ ਥਾਣ ਵਿਖਾਲੇ ਆ ਸਿਆ ਇਹਨਾਂ ਨੂੰ ਥਾਣ ਲੱਗੇ ਆ ਕੱਟੀ 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 ਕੱਟਾ ਹੀ ਆ ਐਵੇਂ ਮੂੰਹ ਟੰਡੀ ਜਾਂਦੀ ਵੇ ਬਾਲੀ ਠੰਡੀ ਬਣਦੀ ਕਲੇ ਫੜੀ ਹੋਰ ਜੀ ਕਾਲਾ ਜੀ ਲਓ ਜੀ ਲਓ ਜੀ ਵੇਖੋ ਵੇਖੋ ਕੱਡੀ ਦਾ ਵਜਨ ਭਾ ਵੇਖੀ ਵੀਰ ਅੱਜ ਸਲੀਬ ਜਿੰਨੇ ਰੁਪਈਏ ਕਹਿ ਦੇਗਾ ਕੱਡੀ ਦੇ ਦਾਂਗੇ ਵੇਖ ਕੱਡੀ ਨੂੰ ਲੈਵਾ ਠੀਕ ਆ ਵੇਖ ਕੱਡੀ ਨੂੰ ਲੈਵਾ ਲਗਾ ਥਾਣ ਦੇ ਹਾਂਜੀ ਮੁੱਲ ਤੇਰਾ ਵੀ ਭਾਵੇਂ ਲੱਖ ਕਰਾ ਲਈਏ ਜੈਜ ਬਣਦਾ ਨਾ ਤੂੰ ਦੱਸ ਦੇ ਕਿੰਨੇ ਦੇਈਏ ਕੱਟੀ ਦੁੱਧ 10 ਕਿਲੋ ਦੇ ਜੂ ਖੁੱਲਾ ਡੁੱਲਾ ਪੂਰੀ ਯਾਦ ਨਸਲ ਸ਼ਾਹੀ ਕੁਆਲਿਟੀ ਦੀ ਕੱਟੀ ਆ ਦੇਸੀ ਨੀ ਹੈਗੀ ਆਪੇ ਦੱਸ ਬੱਚਾ ਬਿਲਕੁਲ ਤਾਜ਼ਾ ਹਜੇ ਕੱਟੀ ਨੂੰ ਭਲਾ ਭਲਾ ਲੱਗੀਆਂ ਹੁੰਦੇ ਬਾਵੇ ਕੱਟੀ ਦਾ ਖਾਣੀ ਬੜਾ ਪਿਆਰਾ 84 ਦੇ ਦਈਏ 80 ਚਲ 75 ਦੀ ਠੀਕ ਆ ਲੈ ਹੋਰ ਵੇਖ ਲਾ ਖੁਸ਼ ਹੋ ਜੀ ਤੂੰ ਇੱਥੇ ਤੂੰ ਕਹਿੰਦਾ ਨਾ ਖੁਸ਼ ਹੋ ਕੇ ਜਾਣਾ ਖੁਸ਼ ਹੋ ਜਾ ਕੱਟੀ ਚ ਵੇਖ ਲਾ ਕੋਈ ਕਮੀ ਪੇਸ਼ੀ ਹੈਗੀ ਤੇ ਦੱਸ ਕੱਟੀ ਵੇਖ 70 ਦੀ ਜਾਣ ਦੇ ਹੈ ਜਾਣ ਦੀ ਕਿੰਨੇ ਦੀ 70 ਦੀ ਟੋਟਲ ਜਾਣ ਦੇ 70 ਦੀ 1000 ਤੇਰਾ ਹੋਰ ਮਾਣੀ ਵਾਹ ਜੀ ਲੈ ਸਲੀਬ ਨਹੀਂ ਬਾਈ ਦੇ ਕੇ ਵਿਖਾਵੇ ਕੱਟੀ ਕੋਈ ਨਹੀਂ ਹੈ ਹੁਣ ਵੇਖੋ ਕਹਿਣ ਨੂੰ ਕਹਿਣਾ ਵੇਖੋ ਰੇਟ ਵੇਖ ਲਓ ਇਹਨਾਂ ਕੀ ਆ ਹੈਗੀ ਕਿ ਨਹੀਂ ਕੱਟੀ ਹੈਗੀ ਇਹਨਾਂ ਨੇ ਤੁਹਾਨੂੰ ਮੰਨਦੇ ਰੇਟ ਤੇ ਜਾਇਜ਼ ਹੀ ਆ ਦੇ ਦਾਂਗੇ ਕੱਟੀ 1000 ਕੱਟ ਜਾਣ ਦੋ ਚਲੋ ਝੋਟੀ ਦਾ ਹਨਾ 85,000 ਦੀ ਝੋਟੀ ਜਿਹੜੀ ਆ ਹਾਂ ਦੇਣ ਵਾਲੀ ਗੱਲ ਕਰਦੀ ਹੈ ਬਿਲਕੁਲ ਹਾਂ ਨਾ 75,000 ਦੀ ਠੀਕ ਆ ਦੇ ਦਾਂਗੇ ਜਾਣ ਦੋ ਛੋੜੀ ਕਰਨਗੇ ਵਾਜੀ ਨੇ ਮਰਜ਼ੀ ਕਰ ਦੋ ਉਹ ਇਹਨਾਂ ਦੀ ਮਰਜ਼ੀ ਕਹਿੰਦੀ ਗਾਈਆਂ ਸੁਈਆਂ ਤਾਂ ਨਹੀਂ ਆ ਜਾ ਸਈਆਂ ਦੇ ਇਹ ਖਬਰ ਤੁਈ ਦੇਖ ਲਾ ਪੇ ਸੁਈ ਆ ਰਾਬੀ ਰਾਬੀ ਵੈਰ ਸੁਈ ਆ ਇਹਨੂੰ ਕਹਿੰਦੇ ਆ ਵੇਖੋ ਗਾਂ ਪਤਾ ਨਹੀਂ ਦੁੱਧ ਚਵਾਰੇ 25 ਕਿਲੋ ਦੁੱਧ ਚਵਾਰੇ 26 ਕਿਲੋ ਰਾਬੀ ਸੁਈ ਆ ਕਹਿ ਦਿੰਦੇ ਸ਼ਾਹੀ ਵਾਲ ਹਾਂ ਸ਼ਾਹੀ ਵਾਲ ਦੇ ਥੱਲੇ ਵੜ ਜਿਓ ਭਾਵੇਂ ਬੜੀ ਚੰਗੀ ਆ ਬਸ ਠੀਕ ਆ ਕਿੰਨਾ ਕਿਹੜਾ ਬੋਲਾ ਪੈਂਦਾ ਬੋਲਾ ਬੋਲਾ ਭਾਜੀ ਹੁਣ ਵੀ ਹੋਊਗਾ ਕੋਈ ਆਵੇ ਹੋ ਜੇ ਰਾਤੀ ਸੂਈ ਆ 16-17 ਕਿਲੋ 20 ਜਿੱਥੋਂ ਲਈ ਉਹ ਕਹਿੰਦੇ ਅਸੀਂ 25 ਕਿਲੋ ਦੁੱਧ ਚੋਇਆ ਬੈਠ ਦਾ ਤੇ ਦੇਣਾ ਵੀ ਲਾਗੋ ਲਈ ਆ ਆਪਣੇ ਨਾਲ ਦੀ ਥੋੜੇ ਗਲੀ ਆਉਂਦੇ ਲਾਗੇ ਪਿੰਡ ਜਿੱਥੋਂ ਲਈ ਆ ਲੈਣ ਵੇਖ ਲਓ ਭਾਜੀ ਲੈਣ ਵੇਖੋ ਜੀ
ਇਧਰ ਵੇਖੀ ਟੁੱਟ ਕੇ ਰੱਸਾ ਬਹਿ ਜਾਏ ਉੱਤੇ ਜਾਂਦੀ ਕਿ ਨਹੀਂ ਧਾਰ ਪਾਸਤਾ ਨੂੰ ਇਹਨੂੰ ਡੇਰੇ ਨੂੰ ਜਿਥੋਂ ਲਈ ਆ ਨਾ ਰੁਪਈਏ ਉਹਦੀ ਬੜੇ ਮੰਗਦੇ ਸੀ ਬੜੇ ਬੰਦੇ ਅੜੀ ਦੇ ਪੱਕੇ ਸੀ ਤੇ ਰੁਪਈਏ ਲਾ ਕੇ ਗਾਂ ਲੈਂਦੀ ਐਵੇਂ ਸਾਧੂ ਨੀ ਉਹਨਾਂ ਦੇ ਉਹਨਾਂ ਦੇ ਭਾਅ ਪੂਰੇ ਨਾ ਤਸਲੀਆਂ ਕਰਾ ਕੇ ਗਾਈ ਦੀਆਂ ਤੇ ਫਿਰ ਸਾਨੂੰ ਗਾਂ ਦਿੱਤੀ ਆ ਲੈ ਆਹ ਵੇਖ ਲਾ ਮੱਛੀ ਰਾਤ ਦੀ ਸੀ ਉਹ ਹਾਂਜੀ ਗਾਂ ਤੇ ਸੁਨੀਵ ਆ 1000 ਰੁਪਈਏ ਦੀ ਜੇ ਆ ਵੀ ਗਾਂ ਨਾ ਵੀ ਕਿਹਦੇ ਕੀ ਵਿਕਣਾ ਪਰ ਜਿੰਨੇ ਰੁਪਈਆਂ ਦੀ ਕਹਿੰਗਾ ਦੇ ਦਾਂਗੇ ਦੱਸ ਹੀਰਾ ਵਾ ਕਿ ਨਹੀਂ ਹੈਗਾ ਜੀ ਕਿੰਨੇ ਦੀ ਵੇਚੀਏ ਆਪੀ ਹੈਂ ਆਪੀ ਦਾ ਮੂੰਹ ਦੇਖ ਲੈ ਗਾਂ ਬਹੁਤ ਚੰਗੀ ਆ ਠੰਡੀ ਵੀ ਇਹ ਦੋ ਨਸਲਾਂ ਦੀ ਹੁੰਦੀ ਆ ਸ਼ਾਹੀ ਵਾਲ ਦੇ ਗਿਰਚ ਕਰੋਸ ਟੈਪ ਕਰੋਸ ਟੈਪ ਦੀ ਗਾਂ ਵਾ ਗਿਰਚ ਵੀ ਹੁੰਦੀ ਆ ਤੇ ਸ਼ਾਹੀ ਵਾਲ ਵੀ ਹੁੰਦੀ ਆ ਗਾਂ ਦੇ ਦਈਏ ਆਪਾਂ 70,000 ਰੁਪਈਏ ਠੀਕ ਆ ਦੁੱਧ 24-25 ਕਿਲੋ ਗਾੜੀ ਤੂੰ ਆਪਣੀ ਖੁਸ਼ੀ ਨਾਲ ਆਪਣੀ ਦੱਸ ਦੋ ਵੇਚਣ ਵਾਲਾ ਮੁੱਲ ਛੂਟ ਕਰਦੀ ਆ ਜਿਹੜੀ ਪਹਿਲੇ ਇੱਕ ਫੋਨ ਤੇ ਉੱਡ ਜਾਏਗਾ ਇੱਥੇ ਜਾ ਫੋਨ ਨਾ ਚੁੱਕਣਾ ਪੈ ਕੇ ਦੱਸ 65,000 ਦੀ ਗਾਂ ਦੇ ਦਈਏ ਬਸ ਠੀਕ ਆ ਹੈ ਜਾਣ ਦੋ 65,000 ਦੇ ਬਸ ਠੀਕ ਆ 65,000 ਦੀ ਗੱਲ ਦੋ ਆਹ ਜੀ ਫੋਨ ਕਰ ਦੇ ਫੜੀ ਇਹ ਵਛੀ ਕੋ ਦੁੱਧ ਜੋ 15 ਕਿਲੋ ਹਾਂ ਆ ਜੋ ਇਹਦੀ ਵਛੀ ਹਾਂ ਜੀ ਨਹੀਂ ਨਾਲ ਵਾਲੇ 1.5 ਲਾਲੇ 10 ਦਿਨ ਉੱਤੇ ਲਾਲੇ ਤੂੰ ਘਟ ਵਾਲੇ 5 ਕੁਛ ਨਹੀਂ ਹਾਂ ਠੀਕ ਆ ਨਾ ਦੁੱਧ 15 ਕਿਲੋ ਕਿਉਂ ਹੋ ਗਏ ਥੱਲੇ ਨਹੀਂ ਲੰਘ ਜਾ ਭਾਈ ਨੇ 15 ਦੁੱਧ ਹੈਗਾ ਮੈਂ ਕਿਹਾ ਠੰਡਾ ਕਰਕੇ ਲੰਘ ਜਾ ਦੇ ਭਾਈ ਥੱਲੇ ਠੰਡੀਆਂ ਧੀਰੀਆਂ ਭਾਜੀ ਜਿਹਾ ਗਰਮ ਤੇ ਲਿਆਉਣੀ 15 ਕਿਲੋ ਦੁੱਧ ਮਿਲ ਕੇ ਦੇਵਾਂਗੇ ਠੰਡਾ ਕਰਕੇ ਵੇਖ ਬੈਠ ਦੀ ਯਾਦ ਵੀ ਉਹ ਭਾਅ ਦਾ ਚਲ ਗਿਆ ਮੁੰਡਾ ਬਾਹਰ ਫੌਜੀ ਬੰਦਾ ਸੀ ਉਹਨੇ ਦੇ ਦਿੱਤੀ ਵਛੀ ਵੇਚਦਾ ਨੀ ਐਵੇਂ ਬਹਿ ਜਾ ਸੁਨੇਰੇ ਉਹ ਆ ਫੁੱਟ ਕੇ ਰੱਸਾ ਪਤਾ ਗੱਲ ਕੀ ਆ ਗਰਮ ਨੀ ਗਾਂ ਲੈਣ 15 ਕਿਲੋ ਦੁੱਧ ਮਿਣ ਕੇ ਲੈ ਜਾਣਾ ਬਿਲਕੁਲ ਹਾਂਜੀ ਮੇਲਾ ਵੀਰ ਬੈਠ ਕੇ ਨੇ ਰੁਪਈਆਂ ਦੀ ਦੁੱਧ 15 ਕਿਲੋ ਦੁੱਧ ਨੇ ਹੋਰ ਕਿਲੋ 2 ਕਿਲੋ ਵੱਧਣਾ ਬੈਠਦੇ ਆ 55,000 ਦੀ ਉਦਣ ਆਪਾਂ ਬੱਚਾ ਮਰੀ ਮਈ ਨੀ ਬੱਚੇ ਮਾੜੇ ਵਾਲੀ ਪਾਈ ਬੈਠ ਪਾਈ ਬੱਚਾ ਮਰੀ ਇੰਨਾ ਫੋਨ ਆਇਆ ਕਮਾਲ ਹੋ ਗਈ ਉਹਨਾਂ ਦੀ ਆਉਣ ਵਾਲੀ ਦੇ ਬੱਚਾ ਮਰੀ ਵਛੀ ਦੇ ਬੜੇ ਵੀਰਾਂ ਮੈਨੂੰ ਫੋਨ ਕੀਤੇ ਕਹਿੰਦੇ ਵੀਰ ਕਿਹੋ ਹੋਰ ਹੁੰਦੀ ਨਾ 65,000 ਦੀ ਵਛੀ ਵੇਚਣੀ ਲੱਖ ਕੇ ਬੱਚਾ ਪਰ ਨਾ ਇਹ ਕੰਮ ਨੀ ਕਰਨਾ ਹੈਗਾ ਉੱਦਾਂ ਹੀ ਵੇਖੀ ਉਦਣ ਹੀ ਲਾ ਲਓ 50,000 ਰੁਪਈਏ ਦੀ ਵਛੀ ਦੇ ਵੀ ਸੰਦੀਪ 55,000 ਦੀ ਆ ਦੁੱਧ 15 ਕਿਲੋ ਹੀ ਆ ਦੋ ਟਾਈਮ ਕੋਈ ਚੋਵੇ ਚਾਰ ਚੋਵੇ ਹੁਣ ਆਪਾਂ ਦੇ ਦਈਏ 45,000 ਦੀ ਚਲੋ ਠੀਕ ਹੋਰ ਘੱਟ ਦੇ ਦਾਂਗੇ ਦੋ 3,000 ਪੂਰਾ 40 ਹਾਂ ਦੇ ਦਾਂਗੇ ਜਾਣ ਦੋ ਠੀਕ ਆ ਇਹ ਵੀ ਬੈਠ ਦੂਜੇ ਸੂਏ ਜੋ ਦੁੱਧ ਹੋਊਗਾ ਇਹਦੇ ਥੱਲੇ ਕੋਈ
ਠੰਡੀ ਸੀ ਲੋ ਪਹਿਲਾਂ ਡਰ ਗਈ ਸੀ ਉੱਥੇ ਮੈਂ ਕਿਹਾ ਇੱਕ ਨੰਬਰ ਦੀ ਪੈਟਰੋਲ ਪੰਪ ਵੀ ਚਵਾਈ ਕਿਸੇ ਡੰਗਰ ਦੀ ਨੀ ਮਾੜੀ ਹੋਊਗੀ ਮਗਰ ਵਛੀ ਆ ਲਾਸਟ ਫੀਸ ਵੇਖ ਲਾ ਵੀਰ ਤੂੰ ਆਪ ਹੀ ਵੇਚਦੇ ਯਾਰ ਆਪਾਂ ਤੈਨੂੰ ਨਾ ਕਰਦੇ ਨਹੀਂ ਤੂੰ ਦੱਸਦੇ ਵਗੈਰਾ ਵਛੀ ਕਿੱਡੀ ਵੱਡੀ ਓ ਸ਼ਾਮਾਂ ਨੂੰ ਗਾਵਾਂ ਨੇ ਐਂ ਬਣਨਾ ਫਲਿਓ ਇਹ ਵੀ ਦੇ ਦੇਈ ਆਪਾਂ 45,000 ਜ਼ਿਆਦਾ ਰੇਟ ਕੀ ਲੈਣਾ ਕਿ ਚਲੋ ਤੇ ਨਹੀਂ ਛੱਡ ਹੋਰ ਵੀ ਵੇਖ ਲਾ ਵਛੀ ਦੁੱਧ ਦੇ ਦੇਗੀ 15 ਕਿਲੋ ਇੱਥੋਂ ਲਾਗੋ ਲਈ ਆ ਆਪਣੀ ਬੰਬੀ ਦਾ ਗਾੜੀ ਡੇਰਾ ਵਾ ਕੋਈ ਦੂਰੋਂ ਨੀ ਲਿਆਂਦੀ ਕੋਈ ਖਰਚਾ ਨੀ ਪਿਆ ਇੱਥੇ ਤੋੜ ਕੇ ਲਿਆਂਦੀ ਆ ਦੁੱਧ ਬਾਹਲਾ ਨੀ ਤੇ 16-17 ਕਿਲੋ ਦਊਗੀ ਆਉਂਦਾ 18 ਕਿਲੋ ਦੁੱਧ ਪਿਛਲੇ ਅੱਧ ਦੀ ਰਹੀ 14-14 ਕਿਲੋ ਦੁੱਧ ਹੋਣੀ ਹੈਗਾ ਬੈਠ ਥੱਲੇ ਖੁੱਲਾ ਡੁੱਲਾ ਦੋ ਟਾਈਮ ਕੋਈ ਝੋਕੇ ਖੜੇ ਦੋ ਘੱਟ ਬਹੁਤ ਦੇ ਦੇ 38,000 ਦੀ 35 ਦੀ ਦੇ ਦਾਂ ਯਾਰ ਵੇਖ ਲਓ ਹੁਣ ਰੇਟ ਵੇਖ ਲਓ ਹੁਣ ਇਹਨਾਂ ਦੇ ਵੈਟ ਦਾ ਲੇਵਾ ਤੁਸੀਂ ਕਹਿ ਦਿੰਦੇ ਹੁਣ ਉੱਪਰ ਦੀ ਹੁਣ ਘੱਟ 35,000 ਦੀ ਵੈਟ ਦੇ ਦਾਂ ਭਾਈ ਜੀ ਬਿਲਕੁਲ ਜਾਇਜ਼ ਉਹ ਮੁੜ ਕੇ ਫੇਰ ਨਾ ਬੰਦੇ ਕਸਾਈਆਂ 'ਚ ਪੈ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੁਣ ਫਾਇਦਾ ਨਹੀਂ ਭਾਈ ਜੀ ਹੁਣ ਵੇਖੋ ਫੋਨ ਵੈੜਾ ਵੇਖੋ ਇਹ ਪਾਓ ਤੇ ਆਪਣੇ ਘਰੇ ਖੜ ਕੇ ਦੁੱਧ ਚੋ ਤੇ ਬਸ 50 ਲੈ ਲਓ ਹੈ ਚਲੋ ਤਸੱਲੀ ਕਰਕੇ ਖੜੋ ਬਿਲਕੁਲ ਬਿਲਕੁਲ ਜੀ ਬਿਲਕੁਲ ਠੰਡੀਆਂ ਗਾਵਾਂ ਕੋਈ ਭੂਤ ਛੱਡਾ ਨਹੀਂ ਆਵੇ ਥੱਲੇ ਧਾਰਾਂ ਮਾਰੀ ਜਾਈਏ ਕੋਈ ਫਾਇਦਾ ਨਹੀਂ ਗਾ ਤੇ ਇਹ ਗਾਵਾਂ ਦਾ ਕੋਈ ਅੰਤ ਨਹੀਂ ਹੈਗਾ ਇਹੋ ਜੀ ਗਾਂ ਨੇ ਦੁੱਧ ਨਾ ਦਿੱਤਾ ਬੋਲੋ ਫਿਰ ਨੰਬਰ ਨੰਬਰ ਆਪਣਾ ਪਿੰਡ ਹੈਗਾ ਜੋ ਧੁਆਨ ਤੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਨੇੜੇ ਅਲੀ ਵਾਲ ਦੇ ਦਾਲਮ ਦੇ ਤੇ ਲਾਲ ਕਿਲਾ ਲਾਲ ਸਿੰਘ ਦਾ ਨਾਮ ਮੇਰਾ ਪਿੰਦਾ ਪਿੰਡ ਧੁਆਨ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਨੰਬਰ ਹੈਗਾ 95924 2752 95924 2752 ਸਤਿ ਸ਼੍ਰੀ ਅਕਾਲ ਜੀ।